ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਈਲੈਟ 7 'ਤੇ। ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇੱਕ ਹੋਰ ਵੀਡੀਓ। ਇਸ ਵੀਡੀਓ ਵਿੱਚ ਗੱਲ ਕਰਾਂਗੇ ਕੈਨੇਡਾ ਸਰਕਾਰ ਵੱਲੋਂ ਜੋ ਨਵੇਂ ਅੰਕੜੇ ਸ਼ੇਅਰ ਕੀਤੇ ਗਏ ਸਟੂਡੈਂਟਾਂ ਨਾਲ ਰਿਲੇਟਡ, ਸਟੱਡੀ ਵੀਜ਼ੇ ਨਾਲ ਰਿਲੇਟਡ, ਤਾਂ ਉਹਦੇ ਬਾਰੇ ਵਿੱਚ ਤੁਹਾਨੂੰ ਦੱਸਾਂਗੇ ਕੀ ਅਪਡੇਟ ਆਈ ਹੈ। ਤਾਂ ਵੀਡੀਓ ਲਾਸਟ ਤੱਕ ਜ਼ਰੂਰ ਦੇਖਣ। ਜੇਕਰ ਚੈਨਲ 'ਤੇ ਨਵੇਂ ਤਾਂ ਛੋਟੀ ਜਿਹੀ ਰਿਕੁਐਸਟ ਹੈ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਬੈੱਲ ਆਈਕਨ ਨਾਲ ਜ਼ਰੂਰ ਦਬਾ ਲੈਣਾ, ਕਿਉਂਕਿ ਤੁਹਾਡੇ ਲਈ ਅਪਡੇਟਸ ਜ਼ਰੂਰੀ ਲੈ ਕੇ ਆਉਂਦੇ ਹੀ ਰਹਿੰਦੇ ਇਸੇ ਚੈਨਲ 'ਤੇ, ਜ਼ਰੂਰ ਕਰ ਲੈਣਾ ਇਹ ਕੰਮ। ਤਾਂ ਚਲੋ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਜੋ ਵੀ ਸਟੂਡੈਂਟ ਕੈਨੇਡਾ ਜਾਣਾ ਚਾਹੁੰਦੇ ਨੇ, ਜਿਨ੍ਹਾਂ ਸਟੱਡੀ ਵੀਜ਼ਾ ਅਪਲਾਈ ਕਰਨਾ, ਜੋ ਆਈਲੈਟਸ ਕਰ ਰਹੇ, ਹੋਰ ਕੋਈ ਜੋ ਇੰਗਲਿਸ਼ ਦਾ ਪ੍ਰੋਫੀਸ਼ੀਐਂਸੀ ਟੈਸਟ ਦੇ ਰਹੇ ਆ, ਉਹਨਾਂ ਵਾਸਤੇ ਇਹ ਜਾਣਨਾ ਜ਼ਰੂਰੀ ਹੈ ਕਿ ਕੈਨੇਡਾ ਵੱਲੋਂ ਇੱਕ ਅੰਕੜਾ ਜੋ ਨਿਕਲ ਕੇ ਸਾਹਮਣੇ ਆਇਆ ਹੈ, ਜਿਹਦੇ ਵਿੱਚ ਅਪਰੂਵਲ ਰੇਟ ਹੈ ਜੋ ਘੱਟ ਕੇ ਉਹ 50% ਹੋ ਚੁੱਕਿਆ ਹੈ। ਤੁਸੀਂ ਸਹੀ ਸੁਣਿਆ ਹੈ, 50% ਦਾ ਜੋ ਅਪਰੂਵਲ ਰੇਟ ਉਹ ਹੋ ਚੁੱਕਿਆ ਹੈ ਸਟੱਡੀ ਵੀਜ਼ੇ ਦਾ, ਜੋ ਕਿ 1,52,000 ਜੋ ਫਾਈਲਾਂ ਸੀਗੀਆਂ ਉਹਦੇ ਵਿੱਚੋਂ ਸਿਰਫ 76,000 ਫਾਈਲਾਂ ਹੀ ਅਪਰੂਵ ਕੀਤੀਆਂ ਗਈਆਂ ਨੇ ਕੈਨੇਡਾ ਸਰਕਾਰ ਵੱਲੋਂ। ਤਾਂ ਇਹ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਗਿਰਾਵਟ ਜੋ ਹੈ ਅਪਰੂਵਲ ਰੇਟ ਵਿੱਚ ਦੇਖਣ ਨੂੰ ਮਿਲ ਰਹੀ ਹੈ। ਤਾਂ ਹੀ ਤਾਂ ਇਹ ਜੋ ਇੰਡੀਅਨ ਸਟੂਡੈਂਟ ਨੇ ਹੁਣ ਪਹਿਲਾਂ ਹੀ ਆਪਣੇ ਕੈਨੇਡਾ ਤੋਂ ਪੈਰ ਪਿੱਛੇ ਨੂੰ ਖਿੱਚ ਰਹੇ ਨੇ, ਕਿਉਂਕਿ ਪਹਿਲਾਂ ਤਾਂ ਉਹਨਾਂ ਨੇ GIC ਡਬਲ ਕਰ ਦਿੱਤੀ, ਉਸ ਤੋਂ ਬਾਅਦ ਉਹਨਾਂ ਨੇ ਜੋ ਹੈ ਹੋਰ ਕੈਪਿੰਗ ਲਗਾ ਦਿੱਤੇ, ਰੂਲ ਹੋਰ ਚੇਂਜ ਕਰ ਦਿੱਤੇ, ਅਤੇ ਹੁਣ ਉੱਥੇ ਵਰਕ ਪਰਮਿਟ ਦਾ ਵੀ ਕਾਫੀ ਰੌਲਾ ਜੋ ਚੱਲ ਰਿਹਾ। ਤਾਂ ਸਟੂਡੈਂਟ ਤਾਂ ਪਹਿਲਾਂ ਹੀ ਬਹੁਤ ਘੱਟ ਫਾਈਲਾਂ ਲਗਾ ਰਹੇ ਸੀ, ਤਾਂ ਹੁਣ ਜੋ ਹੈ ਉਹ ਸਿਰਫ ਜੋ ਜਿਨ੍ਹਾਂ ਦੀਆਂ ਫਾਈਲਾਂ ਸਟਰੋਂਗ ਨੇ, ਜੋ ਸਟੂਡੈਂਟ ਬ੍ਰਾਈਟ ਨੇ, ਜਿਨ੍ਹਾਂ ਦੇ ਅੱਛੇ ਨੰਬਰ ਨੇ, ਅੱਛੇ ਮਾਰਕਸ ਨੇ, ਉਹਨਾਂ ਨੇ ਹੀ ਫਾਈਲ ਐਕਸੈਪਟ ਕਰਨਗੇ। ਤਾਂ ਬਾਕੀ ਜੋ ਉਹਨਾਂ ਦਾ ਅਪਰੂਵਲ ਰੇਟ ਉਹ ਘੱਟ ਕੇ ਆ ਚੁੱਕਿਆ, ਤਾਂ ਬਾਕੀ ਜੋ ਫਾਈਲਾਂ ਨੇ ਉਹਨਾਂ ਨੂੰ ਰਿਜੈਕਸ਼ਨ ਹੀ ਦੇਣਗੇ। ਇਹਦਾ ਇੱਕ ਬਹੁਤ ਵੱਡਾ ਜੋ ਕਾਰਨ ਹੈ ਉਹ ਇਹੀ ਸੀ, ਜੋ ਰੂਲ ਚੇਂਜ ਕਰੇ, ਜੋ ਹੋਰ ਉੱਥੇ ਜੋ ਹੁਣ ਮਸਲੇ ਚੱਲ ਰਹੇ ਨੇ, ਹੋਰ ਉੱਥੇ ਇੱਕ ਹਾਊਸਿੰਗ ਕ੍ਰਾਈਸਿਸ ਹੈ, ਵਰਕ ਨਹੀਂ ਹੈ, ਅਤੇ ਕਾਫੀ ਚੀਜ਼ਾਂ ਜੋ ਹੈ ਉਹ ਇਸ ਜੋ ਫਾਈਲਾਂ ਲਾਉਣ ਵਿੱਚ ਵੀ ਗਿਰਾਵਟ ਲਿਆ ਰਿਹਾ, ਅਤੇ ਬਾਕੀ ਉਹ ਅਪਰੂਵਲ ਰੇਟ ਵੀ ਗਿਰਾ ਕੇ ਸਟੂਡੈਂਟਾਂ ਨੂੰ ਜੋ ਕੈਨੇਡਾ ਆਉਣ ਤੋਂ ਰੋਕ ਰਹੇ ਨੇ। ਤਾਂ ਜੋ ਇਹ ਚੀਜ਼ਾਂ ਕਾਫੀ ਜ਼ਿਆਦਾ ਉਹ ਜੋ ਹਾਨੀਕਾਰਕ ਨੇਗੀਆਂ ਸਟੂਡੈਂਟਸ ਲਈ, ਜੋ ਵੀ ਉੱਥੇ ਲਈ ਅਪਲਾਈ ਕਰਨਾ ਚਾਹੁੰਦੇ ਨੇ। ਇੱਥੋਂ ਤੱਕ ਕਿ ਇਹ ਵੀ ਅਪਡੇਟ ਨਿਕਲ ਕੇ ਆਈ ਹੈ ਕਿ ਜੋ ਕੈਨੇਡਾ ਦੇ ਕੁਝ ਕਾਲਜ ਨੇ, ਉਹਨਾਂ ਨੇ ਆਪਣੀਆਂ ਕਲਾਸਿਸ ਨੂੰ ਵੀ ਜੋ ਹੈ ਉਹ ਕੈਂਸਲ ਕਰ ਦਿੱਤਾ ਗਿਆ ਹੈ। ਤਾਂ ਜੋ ਕਲਾਸਿਸ ਦੇ ਉਹਨਾਂ ਦੇ ਜੋ ਚੱਲਣੀਆਂ ਸੀਗੀਆਂ, ਜੋ ਉਹਨਾਂ ਨੂੰ ਵੀ ਕੈਂਸਲ ਕਰ ਦਿੱਤਾ, ਕਿਉਂਕਿ ਸਟੂਡੈਂਟਾਂ ਦੀਆਂ ਫਾਈਲਾਂ ਵਿੱਚ ਕਾਫੀ ਗਿਰਾਵਟ ਆ ਗਿਆ, ਸਟੂਡੈਂਟ ਉੱਥੇ ਨਹੀਂ ਜਾ ਰਹੇ, ਤਾਂ ਉਹਨਾਂ ਨੇ ਵੀ ਕਲਾਸਾਂ ਨੂੰ ਕੈਂਸਲ ਕਰ ਦਿੱਤਾ। ਅਤੇ ਕਾਫੀ ਵੱਡੀਆਂ ਅਪਡੇਟਸ ਨੇ ਜੋ ਕੈਨੇਡਾ ਵੱਲੋਂ ਆ ਰਹੀਆਂ ਨੇ ਕਿ ਅਪਰੂਵਲ ਰੇਟ ਕਾਫੀ ਘੱਟ ਚੁੱਕਿਆ ਹੈ। ਅਤੇ ਇੱਦਾਂ ਦੀਆਂ ਵੀਡੀਓਜ਼ ਅਸੀਂ ਇਸ ਚੈਨਲ 'ਤੇ ਲਿਆਉਂਦੇ ਰਹਿੰਦੇ ਹਾਂ, ਅਤੇ ਹੋਰ ਵੀ ਜਦੋਂ ਕੋਈ ਵੀ ਅਪਡੇਟ ਕੈਨੇਡਾ ਵੱਲੋਂ ਆਵੇਗੀ ਇਸੇ ਚੈਨਲ 'ਤੇ ਸ਼ੇਅਰ ਕਰਾਂਗੇ। ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਜਲਦੀ ਮਿਲਦੇ ਹਾਂ ਨਵੀਂ ਵੀਡੀਓ ਵਿੱਚ। ਧੰਨਵਾਦ ਜੀ।